ਹਾਂਜੀ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਸੈਸ਼ਨ ਤੋਂ ਜਿਹੜੀਆਂ ਹੋਸਟਲ ਦੇ ਵਿੱਚ ਜਿਹੜੀਆਂ ਗੱਡੀਆਂ ਨੇ ਉਹ ਬੈਨ ਕੀਤੀਆਂ ਜਾ ਰਹੀਆਂ, ਤੁਸੀਂ ਇਨਸੋ ਪਾਰਟੀ ਨੂੰ ਕੀ ਕਹਿਣਾ ਚਾਹੋਗੇ, ਗੱਡੀਆਂ ਬੈਨ ਹੋਣੀਆਂ ਚਾਹੀਦੀਆਂ ਜਾਂ ਨਹੀਂ? ਦੇਖੀਏ, ਬਿਲਕੁਲ ਗਲਤ ਹੈ ਜੀ। ਆਪ ਕਿਸੀ ਵੀ ਏ ਗ੍ਰੇਡ ਯੂਨੀਵਰਸਿਟੀ ਕੋ ਦੇਖ ਲੀਜੀਏ ਜਾਂ ਕਿਸੀ ਵੀ ਵਿਸ਼ਵਵਿਦਿਆਲਯ ਕੋ ਦੇਖ ਲੀਜੀਏ, ਚਾਹੇ ਬੀ ਗ੍ਰੇਡ ਵੀ ਹੋ, ਉਸਮੇ ਹਰ ਦਿੱਲੀ ਯੂਨੀਵਰਸਿਟੀ ਹੈ, ਕੁਰੂਕਸ਼ੇਤਰਾ ਯੂਨੀਵਰਸਿਟੀ ਹੈ, ਐਮਡੀਯੂ ਰੋਹਤਕ ਹੈ, ਬਨਾਰਸ ਯੂਨੀਵਰਸਿਟੀ ਹੈ, ਕਿਉਂਕਿ ਸਭੀ ਯੂਨੀਵਰਸਿਟੀ ਕਾ ਕੈਂਪਸ ਬਹੁਤ ਬੜਾ ਹੋਤਾ ਹੈ ਔਰ ਸਟੂਡੈਂਟਸ ਕੋ ਲਾਇਬ੍ਰੇਰੀ ਵੀ ਜਾਣਾ ਹੋਤਾ ਹੈ, ਡਿਪਾਰਟਮੈਂਟ ਜਾਣਾ ਹੋਤਾ ਹੈ, ਮਾਰਕੀਟ ਜਾਣਾ ਹੋਤਾ ਹੈ, ਰਿਸਰਚ ਸਕੋਲਰ ਹੋਤੇ ਹੈ, ਉਹਨੇ ਆਪਣੀ ਡਾਟਾ ਕਲੈਕਸ਼ਨ ਕੇ ਲਈ ਬਾਹਰ ਵੀ ਜਾਣਾ ਹੋਤਾ ਹੈ, ਇਸ ਲਈ ਟਾਈਮ ਬਹੁਤ ਜ਼ਿਆਦਾ ਵੇਸਟ ਹੋਤਾ ਹੈ, ਇਸ ਲਈ ਹਮ ਚਾਹਤੇ ਹੈ ਕਿ ਕੈਂਪਸ ਮੇ ਗਾੜੀ ਬੈਨ ਨਹੀਂ ਹੋਣੀ ਚਾਹੀਏ। ਕੁਛ ਯੂਨੀਵਰਸਿਟੀ ਹੈ ਜਿਨਮੇਂ ਵਹੀਕਲ ਬੈਨ ਹੈ, ਉਸੀ ਢੰਗ ਸੇ ਬੈਨ ਹੋਣੀ ਚਾਹੀਏ, ਵਹਾਂ ਗਾੜੀ ਵੀ ਸੀ ਕੋ ਵੀ ਅਲਾਊਡ ਨਹੀਂ ਹੈ, ਰਜਿਸਟਰਾਰ ਕੋ ਵੀ ਨਹੀਂ ਹੈ, ਨਾ ਕਿਸੀ ਪ੍ਰੋਫੈਸਰ ਕੋ, ਨਾ ਕਿਸੀ ਕਲਰਕ ਕੋ। ਅਬ ਆਪ ਦੇਖੇ ਯਹਾਂ ਹੋਸਟਲਰ ਜੋ ਪੀਐਚਡੀ ਵਾਲੇ ਹੈ ਉਨਕੋ ਤੋ ਗਾੜੀ ਬੈਨ ਕਰ ਦੀ, ਇੱਕ ਕਲਰਕ ਹੈ ਜੋ ਕੈਂਪਸ ਮੇ ਹੀ ਰਹਿਤਾ ਹੈ, ਦਸਵੀਂ ਪਾਸ ਹੈ, ਉਹ ਗਾੜੀ ਲੈ ਕੇ ਜਾ ਰਿਹਾ, ਇੱਕ ਰਿਸਰਚ ਸਕੋਲਰ ਪੈਦਲ ਜਾ ਰਿਹਾ, ਇਹ ਬਹੁਤ ਹੀ ਗਲਤ ਹੈ। ਇਸ ਲਈ ਹਮ ਚਾਹਤੇ ਹੈ ਕਿ ਯਾ ਤੋ ਗਾੜੀ ਗਾੜੀ ਅਲਾਊਡ ਹੀ ਹੋਣੀ ਚਾਹੀਏ, ਕਿਉਂਕਿ ਸਭ ਜ਼ਰੂਰਤ ਹੋਤੀ ਹੈ। ਯੂਨੀਵਰਸਿਟੀ ਮੇ ਜਬ 7-8 ਹਜ਼ਾਰ ਸਟੂਡੈਂਟ ਥੇ, ਉਸ ਦਿਨ ਵੀ 8 ਹੋਸਟਲ ਥੇ ਜੀ, ਔਰ ਆਜ 14-15 ਹਜ਼ਾਰ ਸਟੂਡੈਂਟ ਹੈ, ਆਜ ਵੀ 8 ਹੋਸਟਲ ਹੈ। ਸਾਊਥ ਕੈਂਪਸ ਆਪ ਜੰਗਲ ਪੜਾ, ਖਾਲੀ ਪੜਾ ਹੈ, ਯੂਨੀਵਰਸਿਟੀ ਇਹ ਨਹੀਂ ਸੋਚਤੀ ਕਿ ਵਹਾਂ ਨਏ ਹੋਸਟਲ ਬਣਾਏ ਜਾਏ ਜਾਂ ਪਾਰਕਿੰਗ ਬਣਾਈ ਜਾਏ, ਲਾਇਬ੍ਰੇਰੀ ਕੋ ਐਕਸਟੈਂਡ ਕੀਆ ਜਾਏ, ਮੈਂ ਸਟੂਡੈਂਟਸ ਕੋ ਕੰਟਰੋਲ ਕਰਨਾ ਚਾਹਤੀ ਹੈ। ਅਗਰ ਵੀ ਸੀ ਪੈਦਲ ਆਤਾ ਹੋ ਤੋ ਹਮ ਸਾਥ, ਮੈਂ ਉਸਕੇ ਸਾਥ ਹੂੰ, ਮੈਂ ਖੁਦ ਆਪਣੀ ਗਾੜੀ ਘਰ ਭੇਜ ਦੂੰਗਾ। ਬਿਲਕੁਲ।